कला भरा चढ़ती कला जोर ला ले जिन्हें जिथे लाने ला ले कसर ना रह जे कोई। वंटी रोमाणा की गिरफ्तारी की चर्चा भी चल पी है जी थोड़ी जी थोड़ी जी छड़ के हुण तां ज्यादा ही हो गई है। श्रोमणी अकाली दल दे प्रधान सरदार सुखबीर सिंह बादल साहब इस वेले बहुत हाथ पैर मारे है। SSP साहब दे दफ्तर दे विच भी पहुंचे ते उत्थे जाके उन्होंने दफ्तर नूं घेरन दा यतन कीता, घेरिया भी कुछ हद तक। मामला कित्थों शुरू हुंदा है? सोशल मीडिया तों। सुखनैर जी, सोशल मीडिया ते असीं हमेशा यह जिक्र करते हैं कि पता नहीं किहड़ी पोस्ट कित्थों आउणी है, किद्दां आउणी है, किहड़े रूप च आउणी है। ਜਦੋਂ ਤੱਕ ਤੁਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਉਦੋਂ ਤੱਕ ਜਾਂ ਤਾਂ ਅੱਗੇ ਨਾ ਭੇਜੋ ਜਾਂ ਆਪਣੇ ਅਕਾਊਂਟ ਤੇ ਪਾਓ ਨਾ, ਨਹੀਂ ਤਾਂ ਮਿੰਟ ਨਹੀਂ ਲੱਗਦਾ ਪਟਾਕਾ ਪੈਣ ਨੂੰ। ਦੇਖੋ ਬਹੁਤ ਸਾਰੀਆਂ ਚੀਜ਼ਾਂ ਪਤਾ ਵੀ ਹੁੰਦੀਆਂ, ਤੱਥਾਂ ਦੇ ਆਧਾਰ ਤੋਂ ਹੁੰਦੀਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਜਦੋਂ ਬੰਦਾ ਬਿਨਾਂ ਸੋਚੇ ਸਮਝੇ ਪਾ ਦਿੰਦਾ ਕਿਸੇ ਵੇਲੇ ਤਾਂ ਮੁੱਦਾ ਖੜਾ ਕਰ ਵੀ ਦਿੱਤਾ ਜਾਂਦਾ। ਪਰ ਜਿਹਦੇ ਪਿੱਛੇ ਸੱਚਮੁੱਚ ਹੀ ਲੱਗਦਾ ਸੀ ਹੈ ਨਹੀਂ ਸੀ ਚੀਜ਼ ਉਹਨੂੰ ਬਣਾ ਦਿੱਤਾ ਗਿਆ ਤਾਂ ਰੌਲਾ ਤਾਂ ਪੈਣਾ ਸੀਗਾ। ਦਰਅਸਲ ਪੰਜਾਬੀ ਸਿੰਗਰ ਨੇ ਹੁਣ ਕੰਵਰ ਗਰੇਵਾਲ ਹੋਰਾਂ ਦਾ ਇੱਕ ਸਟੇਜ ਸ਼ੋਅ ਆ, ਚਿਹਰਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਦਾ, ਅੱਧਾ ਨਹੀਂ ਰਾਇਆ। ਜਿਹੜਾ ਨਾਲ ਤੂੰਬਾ ਵਜਾਉਂਦਾ ਹੁੰਦਾ ਬਾਬਾ ਬੈਠਾ ਜ਼ਰੂਰ ਹੈ, ਪਿੱਛੇ ਦੋ ਸੱਜਣ ਖੜੇ ਨੇ, ਉਹ ਗਾਣਾ ਗਾ ਰਹੇ ਨੇ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਪ੍ਰੋਗਰਾਮ ਕਰਨ ਦਾ ਤਰੀਕਾ ਹੁੰਦਾ, ਨੱਚਦੇ ਆ ਨਾਲ ਨਾਲ ਨੱਚ ਰਹੇ ਨੇ। ਪਰ ਜਿਹੜਾ ਗਾਣਾ ਗਾਇਆ ਜਾ ਰਿਹਾ ਪਹਿਲੀ ਨਜ਼ਰ ਵਿੱਚ ਲੱਗਦਾ ਕਿ ਆਵਾਜ਼ ਇਹ ਕਵਰ ਗਰੇਵਾਲ ਦੀ ਆ, ਪਰ ਨਹੀਂ, ਉਹ ਕਵਰ ਗਰੇਵਾਲ ਦੀ ਆਵਾਜ਼ ਨਹੀਂ ਗੀ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਪਲੇਟਫਾਰਮ ਕਵਰ ਗਰੇਵਾਲ ਹੋਰਾਂ ਦਾ, ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਭਾਈ ਨਾ ਬਦਨਾਮ ਕੀਤਾ ਜਾਵੇ, ਨਾ ਇੱਦਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਣ, ਨਾ ਝੂਠ ਦਾ ਸਹਾਰਾ ਲਿਆ ਜਾਵੇ। ਯਾਰ ਇਨਸਾਨੀਅਤ ਹੈ, ਇਨਸਾਨੀਅਤ ਦੀ ਗੱਲ ਕਰੋ, ਉਹਨਾਂ ਦੀ ਸ਼ਬਦਾਵਲੀ ਸੀ। ਪਰ ਉਸ ਵੀਡੀਓ ਨੂੰ ਬਿਨਾਂ ਦੇਖੇ ਸੋਚੇ ਸਮਝੇ ਬੰਟੀ ਰੁਮਾਣਾ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾ ਦਿੱਤਾ। ਹੁਣ ਉਹਦੇ ਵਿੱਚ ਸੀ ਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਨੂੰ ਲੈ ਕੇ ਕੁਛ ਗੱਲਾਂ ਕਹੀਆਂ ਗਈਆਂ, ਕੁਛ ਗੱਲਾਂ ਵਿੱਚੋਂ ਭੱਦੀਆਂ ਨੇ ਤੇ ਕੁਛ ਗੱਲਾਂ ਉਹ ਨੇ ਜਿਹੜੀਆਂ ਲੋਕਾਂ ਦੇ ਵਿੱਚ ਹਾਸ ਰਸ ਜਿਹਾ ਪੈਦਾ ਕਰਦੀਆਂ। ਜ਼ਿਕਰ ਇਹ ਵੀ ਉਹਦੇ ਵਿੱਚ ਕੀਤਾ ਕਿ ਤੁਸੀਂ ਕੇਜਰੀਵਾਲ ਦੇ ਅੰਡਰ ਹੀ ਚੱਲਦੇ ਹੋ ਦਿੱਲੀ ਦੇ ਮੁੱਖ ਮੰਤਰੀ ਸਾਹਿਬ, ਹੋਰ ਵੀ ਬਹੁਤ ਸਾਰੀਆਂ ਗੱਲਾਂ ਮੈਂ ਇੱਥੇ ਕਰਨੀਆਂ ਨਹੀਂ ਉਹ। ਪਰ ਮਸਲਾ ਇਹ ਹੈ ਕਿ ਇਹਨਾਂ ਨੇ ਬਿਨਾਂ ਸੋਚੇ ਸਮਝੇ ਉਹ ਵੀਡੀਓ ਨੂੰ ਪੋਸਟ ਕਿਉਂ ਕੀਤਾ, ਉਹਦੇ ਕਰਕੇ ਉਹਨੂੰ ਆਧਾਰ ਬਣਾ ਕੇ ਕਾਰਵਾਈ ਕੀਤੀ ਗਈ ਹੈ। ਕੁਛ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਆ ਮਲਵਿੰਦਰ ਕੰਗ, ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਕੇ ਹਟਿਆ, ਉਹ ਵੀ ਕਹਿੰਦੇ ਜੀ ਇਹ ਤਾਂ ਬਹੁਤ ਗਲਤ ਕੀਤਾ। ਚਲੋ ਗਲਤ ਤੇ ਪਹਿਲੀ ਵਾਰ ਨਹੀਂ ਹੋਇਆ, ਇਹ ਵੱਡੇ ਵੱਡੇ ਬੰਦੇ ਇਦਾਂ ਦੀਆਂ ਗਲਤੀਆਂ ਕਰ ਦਿੰਦੇ ਆ। 27 ਸੈਕਿੰਡ ਦੀ ਵੀਡੀਓ ਨੇ ਬੰਟੀ ਰੁਮਾਣੇ ਦੇ ਉੱਪਰ ਕੇਸ ਦਰਜ ਕਰਵਾ ਦਿੱਤਾ। ਹੁਣ ਜੇਕਰ ਸਵੇਰ ਤੱਕ ਸਮਝੌਤਾ ਸਕਨੈਪ ਜੀ ਹਰ ਪਾਸੇ ਹੋਈ ਹੁੰਦਾ, ਜ਼ਮਾਨਤਾਂ ਵੀ ਹੋ ਜਾਂਦੀਆਂ ਹੁੰਦੀਆਂ, ਦਿਨ 2-3 ਲੱਗ ਸਕਦੇ ਆ। ਪਰ ਸ਼੍ਰੋਮਣੀ ਅਕਾਲੀ ਦਲ ਦੇ ਸਿਆਸਤਦਾਨ ਜਿਸ ਹਿਸਾਬ ਦੇ ਨਾਲ ਉੱਥੇ ਇਕੱਠੇ ਹੋ ਕੇ ਬੈਠੇ ਆ, ਚਲੋ ਉਹ ਗੱਲ ਮੰਨ ਲਈ ਜਾਵੇਗੀ। ਮੈਂ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲਬਾਤ ਸੁਣ ਰਿਹਾ ਸੀ ਜਿਹੜੀ SSP ਸਾਹਿਬ ਦੇ ਨਾਲ ਕੀਤੀ ਆ। ਕਹਿੰਦੇ ਤੁਸੀਂ ਗੱਲਾਂ ਕਰਦੇ ਆ, ਅਸੀਂ ਤੁਹਾਨੂੰ 30 ਤੋਂ ਵੱਧ ਵੀਡੀਓ ਦਿੰਨੇ ਆ। ਬੜੀ ਸ਼ਬਦਾਵਲੀ ਦੀ ਸਖਤ ਵਰਤੀ ਸੀ ਭਗਵੰਤ ਮਾਨ ਹੋਰਾਂ ਦੇ ਖਿਲਾਫ, ਅਸੀਂ ਕਹਿੰਦੇ ਤੁਹਾਡੇ ਸਾਹਮਣੇ ਠੋਸ ਸਬੂਤ ਰੱਖਾਂਗੇ, ਤੁਸੀਂ ਕਾਰਵਾਈ ਕਰੋਗੇ, ਤੁਸੀਂ ਪਰਚੇ ਦਰਜ ਕਰੋਗੇ, ਤੁਸੀਂ ਦੱਸੋ। ਕਹਿੰਦੇ ਹੁਣ ਦੇਖਦੇ ਆ ਇਸ ਮਾਮਲੇ ਚ ਬਣਦਾ ਕੀ ਹੈ। ਪਰ ਬੰਟੀ ਰੁਮਾਣੇ ਦੀਆਂ ਮੁਸ਼ਕਲਾਂ ਇਸ ਵੇਲੇ ਤੱਕ ਤਾਂ ਵਧੀਆਂ ਹੋਈਆਂ ਨੇ, ਕੁਛ ਸਮੇਂ ਤੱਕ ਹੋ ਸਕਦਾ ਸਾਡੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਹੀ ਖਬਰ ਆ ਜਾਵੇ ਕਿ ਭਾਈ ਜ਼ਮਾਨਤ ਮਿਲ ਗਈ ਹੈ। ਇਹ ਵੀ ਹੋ ਸਕਦਾ ਕਿ ਕੱਲ ਤੱਕ ਆਵੇ, ਇਹ ਵੀ ਹੋ ਸਕਦਾ ਕਿ ਕੇਸ ਹੋਰ ਡੂੰਘਾਈ ਨਾਲ ਦੇਖਿਆ ਜਾਵੇ। ਵੀਡੀਓ ਬਣਾਈ ਕਿਨ ਸੀ, ਉਹਦੇ ਪਿੱਛੇ ਹੈ ਕੌਣ, ਵਾਇਰਲ ਕਿਨ ਕੀਤੀ ਸੀ, ਇੱਥੇ ਤੱਕ ਕਿੱਦਾਂ ਪਹੁੰਚੀ। ਸਕਨੈਪ ਜੀ ਮੈਨੂੰ ਯਾਦ ਹੈ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ IT ਸੈੱਲ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੇ ਨੌਜਵਾਨਾਂ ਦੀ ਭਰਤੀ ਕੀਤੀ ਸੀ ਤੇ ਉਹਨਾਂ ਨੂੰ ਮੋਹਾਲੀ ਵਿੱਚ ਰੱਖਿਆ ਸੀ। ਜਦੋਂ ਉਸ ਵੇਲੇ ਕੁਛ ਕੁ ਵੀਡੀਓ ਇਸ ਤਰ੍ਹਾਂ ਦੀਆਂ ਵਾਇਰਲ ਹੋ ਗਈਆਂ ਸੀਗੀਆਂ, ਠੀਕ, ਪਰ ਰਾਜਨੀਤੀ ਵਿੱਚ ਇੱਕ ਦੂਜੇ ਤੇ ਦੋਸ਼ ਲੱਗਦੇ ਸੀਗੇ ਜਿਹੜੇ, ਉਹ ਵੀਡੀਓ ਵਾਇਰਲ ਹੋ ਗਈਆਂ ਤਾਂ ਉਹਨਾਂ ਨੇ ਰਾਤੋ ਰਾਤ ਟੀਮ ਚੱਕ ਦਿੱਤੀ ਸੀਗੀ। ਹੁਣ ਇਹ ਇਹਨਾਂ ਦੇ IT ਸੈੱਲ ਸੀ, ਕਿਸੇ ਦਾ IT ਸੈੱਲ ਸੀ, ਭੇਜੀ ਹੈ, ਭਿਜਵਾਈ ਹੈ, ਮੁੱਦਾ ਬਣਾਇਆ ਗਿਆ, ਕੁਛ ਵੀ ਹੋਵੇ, ਪਰ ਇੰਨਾ ਜ਼ਰੂਰ ਹੈ ਮਾਮਲਾ ਗੰਭੀਰ ਹੈ। ਅਸੀਂ ਫਿਰ ਇੱਥੇ ਇਹੀ ਗੱਲ ਕਰਦੇ ਪਏ ਹਾਂ ਕਿ ਸੋਸ਼ਲ ਮੀਡੀਆ ਤੇ ਜੇਕਰ ਭਾਈ ਤੁਸੀਂ ਵੀ ਪਲੇਟਫਾਰਮ ਤੇ ਵੱਖ ਵੱਖ ਵਰਤਦੇ ਹੋ, ਆਉਣ ਵਾਲੇ ਦਿਨਾਂ ਦੇ ਦੌਰਾਨ ਕੁਛ ਪਾਉਣਾ ਤੇ ਧਿਆਨ ਨਾ ਪਾਇਆ ਕਰੋ। ਦੁਨੀਆਂ ਭਰ ਦੇ ਮਾਪੇ, ਸਿੱਖਿਆ ਮਾਹਰ, ਸੰਭਾਲ ਕਰਤਾ, ਨੀਤੀ ਘਾੜੇ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਤੇ ਮਾਨਸਿਕ ਤੇ ਸਰੀਰਕ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰਾਂ ਦੇ ਬਾਰੇ ਵੀ ਖਬਰਦਾਰ ਕਰਦੇ ਆਏ ਆ। ਸਾਨੂੰ ਉੱਧਰ ਵੀ ਧਿਆਨ ਦੇਣਾ ਪੈਣਾ, ਅਸੀਂ ਉੱਧਰ ਵੀ ਜ਼ਿਕਰ ਕਰਾਂਗੇ ਥੋੜਾ ਜਿਹਾ, ਪਰ ਇੰਨਾ ਜ਼ਰੂਰ ਹੈ ਕਿ ਇਹ ਬੰਟੀ ਰੁਮਾਣੇ ਦੀਆਂ ਮੁਸ਼ਕਲਾਂ ਥੋੜੀਆਂ ਜਿਹੀਆਂ ਵੱਧਦੀਆਂ ਜਾ ਰਹੀਆਂ ਨੇ ਜੀ।